ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੈਫੇ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਕਾ ਸਵਾਗਤ ਹੈ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਪੰਜਾਬੀ ਇੰਡਸਟਰੀ ਦੇ ਆਮਿਰ ਖਾਨ ਦੇ ਨਾਲ ਜੀ ਹਾਂ ਤੇ ਆਉਤ ਮਿਲਦੇ ਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਮੈਂ ਜੀ ਵਧੀਆ ਤੇ ਜਿਵੇਂ ਮੈਂ ਇੰਟਰੋਡਕਸ਼ਨ ਚ ਕਿਹਾ ਕਿ ਪੰਜਾਬੀ ਇੰਡਸਟਰੀ ਦੇ ਆਮਿਰ ਖਾਨ ਵੈਸੇ ਇਹ ਗੱਲ ਮੈਂ ਨਹੀਂ ਕਹੀ ਐਕਚੁਅਲੀ ਰੋਸ਼ਨ ਪ੍ਰਿੰਸ ਤੇ ਕਰਮਜੀਤ ਅਨਮੋਲ ਜੀ ਆਏ ਸੀ ਅੱਛਾ ਜੀ ਤੇ ਉਹਨਾਂ ਨੇ ਕਿਹਾ ਕਿ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਆਉਣ ਵਾਲੇ ਆਮਿਰ ਖਾਨ ਨੇ ਵਾਹ ਜੀ ਵਾਹ ਕਿਉਂਕਿ ਕਿਹਾ ਕਿ ਵੇਟ ਗੇਨ ਕੀਤਾ ਕਿ ਕਿਵੇਂ ਵੇਟ ਘਟਾਇਆ ਬਹੁਤ ਔਖੀ ਗੱਲ ਆ ਸੋ ਤੁਸੀਂ ਉਸ ਟਾਈਮ ਜਦੋਂ ਵੇਟ ਗੇਨ ਕੀਤਾ ਵੇਟ ਘਟਾਇਆ ਹਨਾ ਤੁਸੀਂ ਕਿਹੜੇ ਮਤਲਬ ਮੈਂਟਲੀ ਸਟੇਬਲ ਸੀਗੇ ਜਾਂ ਮੈਂਟਲੀ ਪ੍ਰੈਸ਼ਰ ਤੋਂ ਗੁਜ਼ਰ ਰਹੇ ਸੀ ਉਸ ਟਾਈਮ ਮੈਂ ਐਕਚੁਅਲੀ ਜੀ ਉਸ ਵਕਤ ਸੀਗਾ ਤਾਂ ਸਟੇਬਲ ਤੇ ਮੈਂ ਐਕਚੁਅਲੀ ਭਾਰ ਜਿਹੜਾ ਘਟਾਇਆ ਵਧਾਇਆ ਉਹ ਕੀ ਸੀਗਾ ਕਿ ਜਿਹੜੀ ਸਾਡੀ ਫਿਲਮ ਹੈ ਸੂਬੇਦਾਰ ਜੋਗਿੰਦਰ ਸਿੰਘ ਜਦੋਂ ਆਪਾਂ ਕੋਈ ਵੀ ਫਿਲਮ ਚੂਜ਼ ਕਰਦੇ ਹਾਂ ਜਦੋਂ ਤਾਂ ਨੋਰਮਲ ਫਿਲਮਾਂ ਹੁੰਦੀਆਂ ਅਸੀਂ ਆਪਣੇ ਹਿਸਾਬ ਨਾਲ ਬਣਾ ਲੈਂਦੇ ਹਾਂ ਜਦੋਂ ਬਾਇਓਪਿਕ ਆ ਗਈ ਕਿਸੇ ਦੀ ਔਰ ਇਸ਼ੂ ਬੜਾ ਸੈਂਸਿਟਿਵ ਸੀਗਾ ਸੂਬੇਦਾਰ ਜੋਗਿੰਦਰ ਸਿੰਘ ਨੈਸ਼ਨਲ ਹੀਰੋ ਨੇ ਸੋ ਪਰਮਵੀਰ ਚੱਕਰ ਸੋ ਉਸ ਕਰਕੇ ਸਾਨੂੰ ਬਿਲਕੁਲ ਜਿਹੜੀ ਲੁੱਕ ਆ ਅਪੀਅਰੈਂਸ ਆ ਉਹਨਾਂ ਦੇ ਨਾਲ ਮੈਚ ਕਰਨੀ ਪੈਣੀ ਸੀ ਕਿ ਯਾਰ ਸੂਬੇਦਾਰ ਜੋਗਿੰਦਰ ਸਿੰਘ ਜੀ ਜੇ ਅੱਜ ਕੋਈ ਦੇਖੇ ਤਾਂ ਉਹਨਾਂ ਨੂੰ ਲੱਗੇ ਕਿ ਹਾਂ ਯਾਰ ਇੱਦਾਂ ਦੇ ਹੀ ਹੋਣਗੇ ਸੂਬੇਦਾਰ ਜੋਗਿੰਦਰ ਸਿੰਘ ਜੀ ਸੋ ਉਹਨਾਂ ਦੀ ਫੈਮਿਲੀ ਨਾਲ ਪਰਿਵਾਰ ਨਾਲ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤਾਂ ਪਤਾ ਲੱਗਿਆ ਕਿ ਭਾਰ ਵਧਾਉਣਾ ਵੀ ਪਊਗਾ ਯੰਗ ਲੁੱਕ ਵੀ ਦਿਖਾਉਣੀ ਪੈਣੀ ਆ ਤਿੰਨ ਏਜਸ ਸੀਗੀਆਂ ਜਿਹੜੀਆਂ ਮੈਨੂੰ ਅਟੈਂਪਟ ਕਰਨੀਆਂ ਪੈਣੀਆਂ ਸੀ ਸੋ ਇੱਕ ਦੇ ਵਿੱਚ 75 ਕੁ ਕਿਲੋ ਭਾਰ ਆ ਇੱਕ 'ਚ ਅਪਰੋਕਸੀਮੇਟਲੀ 80 ਕੁ ਕਿਲੋ ਦੇ ਲਾਗੇ ਛਾ ਗਿਆ ਇੱਕ ਹੈਗਾ 92-93 ਕਿਲੋ ਸੋ ਇਹ ਫਾਈਨਲ ਲੁੱਕ 92-93 ਕਿਲੋ ਵਾਲੀ ਸੀ ਸੋ ਫਿਰ ਉਸ ਅਕੋਰਡਿੰਗ ਅਸੀਂ ਭਾਰ ਵਧਾਇਆ ਜੀ ਅਤੇ ਵਧਾਉਣ ਨੂੰ ਟਾਈਮ ਕਾਫੀ ਲੱਗਿਆ ਘਟਾ ਮੈਂ ਛੇਤੀ ਲੈਣਾ ਪਰ ਵਾਧਾ ਥੋੜ੍ਹਾ ਔਖਾ ਹੈ ਅਤੇ ਉਹ ਅਪ ਡਾਊਨ ਉਹਦੇ ਕਰਕੇ ਕੀਤੇ ਸ਼ੂਟਿੰਗ ਦੇ ਲਈ ਬੜਾ ਪੰਗਾ ਪੈਂਦਾ ਸੀ ਤੁਸੀਂ ਸ਼ੂਟ ਕੀਤੀ ਫਿਰ ਤੁਸੀਂ 5 ਮਹੀਨੇ ਦੀ ਬ੍ਰੇਕ ਲਓ 4 ਮਹੀਨੇ ਦੀ ਵਧਾਓ ਪਰ ਉਹ ਨੈਸੈਸਿਟੀ ਸੀ ਫਿਲਮ ਦੀ ਮੈਨੂੰ ਲੱਗਦਾ ਕਿ ਜੇ ਇੱਦਾਂ ਦੀ ਫਿਲਮ 'ਚ ਇਹ ਚੀਜ਼ਾਂ ਨਾ ਕੀਤੀਆਂ ਜਾਣ ਤਾਂ ਇਹ ਜਸਟਿਸ ਨਹੀਂ ਗਾ ਫਿਲਮ ਦੇ ਲਈ ਜੀ ਜੀ ਜਿੱਦਾਂ ਤੁਹਾਨੂੰ ਇਹ ਕੰਪਲੀਮੈਂਟ ਦਿੰਦੇ ਨੇ ਕਿ ਆਮਿਰ ਖਾਨ ਹੈ ਜੇ ਪੰਜਾਬੀ ਇੰਡਸਟਰੀ ਦਾ ਸਭ ਤੋਂ ਵਧੀਆ ਦੋਨੇ ਰੋਸ਼ਨ ਹੋਇਆ ਤੇ ਕਰਮਜੀਤ ਹੋਇਆ ਉਹ ਦੋਨੇ ਭਰਾ ਨੇ ਮੇਰੇ ਉਹ ਵੈਸੇ ਹੀ ਉਹਦੇ ਕਹਿਣਗੇ ਵੀ ਆਪਦੀ ਚੀਜ਼ ਨੂੰ ਆਪਾਂ ਵਧੀਆ ਕਹੀ ਜਾਂਦੇ ਹੁੰਦੇ ਹਾਂ ਉਹ ਗੱਲ ਆ ਸੋ ਇਹ ਚੀਜ਼ ਜਦੋਂ ਆਡੀਅੰਸ ਕਹਿਣ ਲੱਗਦੀ ਆ ਉਦੋਂ ਆਪਾਂ ਇਸ ਚੀਜ਼ ਲਈ ਜ਼ਿਆਦਾ ਖੁਸ਼ ਹੁੰਦੇ ਹਾਂ ਯਾਰ ਹਾਂ ਆਡੀਅੰਸ ਨੂੰ ਚੰਗਾ ਲੱਗਿਆ ਸੋ ਫਿਲਮ 'ਚ ਬੜੀ ਐਫਰਟ ਕੀਤੀ ਆ ਪ੍ਰੋਮੋ ਆਇਆ ਗਾਣੇ ਆਏ ਤਾਂ ਲੋਕਾਂ ਨੂੰ ਬਹੁਤ ਅੱਛਾ ਲੱਗਿਆ ਸੋ ਹੁਣ ਫਿਲਮ ਦੇਖ ਕੇ ਉਹ ਦੱਸਣਗੇ ਵੀ ਯਾਰ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗੀ ਕਿੱਦਾਂ ਦੀ ਫੀਲ ਲੱਗੀ ਜੋ ਅਸੀਂ ਅਟੈਂਪਟ ਕਰਨਾ ਚਾਹੁੰਦੇ ਸੀ ਜੋ ਐਕਸਪੈਕਟ ਕਰਦੇ ਸੀ ਉਹ ਚੀਜ਼ਾਂ ਉਸ ਮਾਰਕ ਤੱਕ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਸੋ ਅਸੀਂ ਆਪਦੇ ਪੂਰੇ ਜਜ਼ਬੇ ਨਾਲ ਪੂਰੀ ਸਟਰੈਂਥ ਨਾਲ ਇਹ ਫਿਲਮ ਕੀਤੀ ਆ ਕੋਸ਼ਿਸ਼ ਕੀਤੀ ਕਿ ਯਾਰ ਜੋ ਚੀਜ਼ਾਂ ਅਸੀਂ ਸੋਚੀਆਂ ਸੀ ਉਹ ਅਚੀਵ ਕਰ ਸਕੀਏ ਸੋ ਸਾਡੇ ਲਈ ਤਾਂ ਪੂਰੀ ਤਿਆਰੀ ਹੈ ਬਾਕੀ ਤਾਂ ਉਹ ਹੀ ਦੱਸਣਗੇ ਨਹੀਂ ਜਦੋਂ ਤੁਸੀਂ ਇਹ ਪ੍ਰਿਪਰੇਸ਼ਨ ਵੀ ਕਰ ਰਹੇ ਸੀ ਸਾਰੇ ਕਦੇ ਇੱਦਾਂ ਦਾ ਫੀਲ ਹੋਇਆ ਕਿ ਯਾਰ ਨਹੀਂ ਯਾਰ ਨਹੀਂ ਹੋ ਰਿਹਾ ਬਸ ਛੱਡ ਦੇਵਾਂ ਕਦੇ ਇੱਦਾਂ ਦਾ ਫੀਲ ਹੋਇਆ ਨਹੀਂ ਐਕਚੁਅਲੀ ਕੀ ਹੈ ਨਾ ਦੋ ਚੀਜ਼ਾਂ ਮੇਰੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਕੀ ਹੁੰਦਾ ਕਿ ਇੱਕ ਬੰਦੇ ਦਾ ਕੰਮ ਹੁੰਦਾ ਜੀ ਇੱਕ ਬੰਦਾ ਹੁੰਦਾ ਤੁਸੀਂ ਕੰਮ ਤੋਂ ਬਾਅਦ ਤੁਹਾਨੂੰ ਆਪਾਂ ਮੈਂ ਤੁਹਾਨੂੰ ਸਵਾਲ ਕਰਾਂ ਕਿ ਜੋ ਤੁਸੀਂ ਫ੍ਰੀ ਹੁੰਦੇ ਹੋ ਤੁਸੀਂ ਫ੍ਰੀ ਟਾਈਮ ਦੇ ਵਿੱਚ ਕੀ ਕਰਦੇ ਹੋ ਇੱਕ ਸਵਾਲ ਹੁੰਦਾ ਅਕਸਰ ਹੁਣ ਜੇ ਮੇਰੇ ਲਈ ਸਵਾਲ ਪੁੱਟ ਕੀਤਾ ਜਾਵੇ ਕਿ ਤੁਸੀਂ ਆਪਦੇ ਫ੍ਰੀ ਟਾਈਮ 'ਚ ਕੀ ਕਰਦੇ ਹੋ ਤਾਂ ਮੈਂ ਫ੍ਰੀ ਟਾਈਮ 'ਚ ਫਿਲਮਾਂ ਦੇਖਦਾ ਹੈ ਅਤੇ ਮੈਂ ਕੰਮ ਦੇ ਟਾਈਮ ਫਿਲਮਾਂ ਬਣਾਉਣਾ ਹੈ ਸੋ ਮੇਰੇ ਕੋਲ ਹੋਰ ਕੋਈ ਚੀਜ਼ ਹੀ ਨਹੀਂ ਹੈ ਮੇਰੀ ਪੂਰੀ ਲਾਈਫ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਇਹੀ ਕੁਛ ਕਰਨਾ ਸੋ ਇਹਦੇ 'ਚ ਤਾਂ ਮੈਨੂੰ ਬੜਾ ਮਜ਼ਾ ਆਉਂਦਾ ਹੈ ਜਿਵੇਂ ਹੁਣ ਇਹ ਫਿਲਮ ਸੀ ਸੂਬੇਦਾਰ ਜੋਗਿੰਦਰ ਸਿੰਘ ਹਾਂ ਇਹਦੇ 'ਚ ਬੜੀਆਂ ਚੀਜ਼ਾਂ ਔਖੀਆਂ ਸੀਗੀਆਂ ਵੈਦਰ ਖਰਾਬ ਸੀ ਜਿੱਥੇ ਸ਼ੂਟ ਕਰਨੀ ਸੀ ਬਹੁਤ ਪ੍ਰੋਬਲਮਾਂ ਸੀ ਪਹਾੜ ਚੜ੍ਹਨੇ ਆਕਸੀਜਨ ਦੀ ਟਰਬਲ ਐਕਸ਼ਨ ਹੁੰਦਾ ਸੀ ਸਾਹ ਬੰਦੇ ਦਾ ਵਾਕ ਕਰਕੇ ਚੜ੍ਹ ਜਾਂਦਾ ਸੀ ਅਤੇ ਮੈਨੂੰ ਭੱਜਣਾ ਪੈਂਦਾ ਸੀ 2-2, 4-4 ਸੌ ਮੀਟਰ ਕਈ ਸੀਨਾਂ ਦੇ ਵਿੱਚ ਮੈਂ ਮੋਢਿਆਂ 'ਤੇ ਬੰਦੇ ਚੱਕੇ ਹੋਏ ਨੇ ਪਹਿਲਾਂ ਉਹ ਪਾਵਰ ਬਿਲਡਅਪ ਕਰਨੀ ਕਿ ਯਾਰ ਤੁਸੀਂ ਬੰਦਾ ਚੱਕ ਕੇ ਭੱਜਣਾ ਵਾ ਹੈ ਨਾ ਉਹ ਉੱਥੇ ਤੱਕ ਕੱਟਣੀ ਆ ਤੁਹਾਡਾ ਅਤੇ ਇੰਨੇ ਬੰਬ ਵੀ ਚੱਲਣੇ ਨੇ ਇਸ ਲਾਈਨ 'ਤੇ ਹੀ ਭੱਜਣਾ ਖੱਬੇ ਸੱਜੇ ਹੋ ਗਏ ਰਿਸਕ ਹੋ ਸਕਦਾ ਸੋ ਉਹ ਸਾਰੀਆਂ ਚੀਜ਼ਾਂ ਕਰਨੀਆਂ ਉਹ ਔਖੀਆਂ ਸੀ ਪਰ ਉਹਨਾਂ 'ਚ ਮਜ਼ਾ ਆਉਂਦਾ ਸੀ ਮੈਂ ਇੰਜੋਏ ਕਰਦਾ ਇਹ ਚੀਜ਼ਾਂ ਲਈ ਅਤੇ ਮੈਨੂੰ ਤਾਂ ਬੜੀ ਖੁਸ਼ੀ ਹੈ ਜੀ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਮੈਨੂੰ ਸੂਬੇਦਾਰ ਜੋਗਿੰਦਰ ਸਿੰਘ ਵਾਲੀ ਫਿਲਮ ਕਰਨ ਦਾ ਮੌਕਾ ਮਿਲਿਆ ਜੀ ਅਫਕੋਰਸ ਤੁਸੀਂ ਇਸ ਫਿਲਮ ਵਿੱਚ ਬਹੁਤ ਜ਼ੱਦੋ ਜ਼ਹਿਦ ਕੀਤੀ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਈਵਨ ਜਦੋਂ ਵੀ ਅਸੀਂ ਹੋਰ ਵੀ ਮਤਲਬ ਕਲਾਕਾਰਾਂ ਨਾਲ ਮਿਲੇ ਹਾਂ ਸੂਬੇਦਾਰ ਜੋਗਿੰਦਰ ਸਿੰਘ ਤਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਹਨੇਰੀ ਚੱਲਦੀ ਸੀ ਅਤੇ ਕਿਵੇਂ ਕੋਈ ਕੰਟੈਕਟ ਨਹੀਂ ਸੀਗਾ ਕੋਈ ਮਤਲਬ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਟਾਈਮ ਉਸ ਸਮੇਂ ਤੁਹਾਡਾ ਲਾਈਫ ਫੇਸ ਕਿਵੇਂ ਚੱਲ ਰਿਹਾ ਸੀ ਦੇਖੋ ਜੀ ਜ਼ੋਰ ਤਾਂ ਸਾਰਾ ਫਿਲਮ 'ਤੇ ਹੀ ਲੱਗਿਆ ਸੀ ਉਸ ਵਕਤ ਪ੍ਰੋਬਲਮ ਆਏ ਜ਼ਰੂਰ ਆਉਂਦੀਆਂ ਸੀਗੀਆਂ ਕਿਉਂਕਿ ਫੋਨ ਨਹੀਂ ਸੀ ਚੱਲਦੇ ਇੱਥੇ ਫੈਮਿਲੀ ਹੈ ਫੈਮਿਲੀ ਨੂੰ ਫੋਨ ਕਰਨਾ ਹੁੰਦਾ ਸੀ ਮੈਂ ਪਤਾ ਨਹੀਂ ਆਈ ਡੋਂਟ ਨੋ ਕਿੰਨੇ ਸਾਲਾਂ ਬਾਅਦ STD 'ਤੇ ਗਿਆ ਅਤੇ STD 'ਤੇ ਆ ਕੇ ਫੋਨ ਕਰਦਾ ਸੀ ਫਿਰ ਮੈਨੂੰ ਯਾਦ ਅੱਜ ਵੀ ਜਿੱਥੇ ਮੈਂ ਰੁਕਿਆ ਹੋਇਆ ਸੀ ਸਾਨੂੰ ਆਰਮੀ ਵਾਲਿਆਂ ਨੇ ਮੈਨੂੰ ਸਟੇਅ ਦਿੱਤੀ ਸੀਗੀ ਰਹਿਣ ਦੇ ਲਈ ਅਦਰਵਾਈਜ਼
होटल है नहीं सी उत्थे कोई, उन्होंने मैंने जगह दी ते मैं आया ते मैनू जिहड़ा सिम कार्ड लैके दित्ता सी जिहड़ा उत्थे चलदा सी BSNL वह भी नहीं चल रहा, बंद हो गया। तो मैं एसटीडी ते गया, एसटीडी वाले कहिंदे भी एसटीडी भी डेड हो गई। मैं वापस गेट ते आया ते मैं उह गेट वाले नूं पुछिया, उह सानूं डेली जाणदा ही पंजाबी बंदा हैगा। मैं कहा यार भाई मैं फोन करना हूँ घरे, किमें कहना मेरे फोन तो कर लो। अच्छा। मैं कहा यार तेरा फोन किमें चलता, कहना जी मेरे फोन च नॉर्मली आप देख दें वो दो सिम पैंदे ने फोन च, वो को चार सिम पैंदे जी वो फोन च। अच्छा। कहना जी सारे रखते हैं जी उरे, कहना नैटवर्क चले जाता किसी ना किसी का हों, जिदा हों यूज कर लाने। फिर मैं वो फोन तो घर फोन किया, वो जड़िया प्रॉब्लम सगिया वो सगिया, बट जो थोड़ी फैमिली आ वो भी ये गल समझती है, क्योंकि फिर भी मैं सोचता भी तुम तो असं तो कुछ भी नहीं कर रहे, शूटिंग कर गए ही 45 दिन उतो शूटिंग करके मुड़े। सो परिवार तो इदा के ने, सूबेदार जोगिंदर सिंह जी अर्गे जिन्ह दिन फैमिली इतने बैठी ने वो उत्थे साल मद्दी बहेंदे ने, तो पता ही नहीं होंगे कि वे उन्होंने मुड़ना मुड़ना भी है या नहीं मुड़ना, किड़े हालातों से मुड़ना। सो उत्थे बैठे देश के लिए जागते हैं, अपने लिए जागते हैं। सो वो तो बहुत बड़ी गल्ला ने। जो तुहानू इस फिल्म लई सूबेदार जोगिंदर सिंह लई सब तो पहला अप्रोच किया गया, ऑफकोर्स सागा वालों या सिमरजीत जी वालों, जब तुहानू अप्रोच किया गया उस वक्त तुसीं मतलब झट हाँ करती ही कि थोड़े क्या है कि रुक जाओ मैनू सोच लैन दो मैं कर पावांगा कि नहीं कर पावांगा। नहीं मैं तो बहुत लेट हाँ कीती। अच्छा। मेरे को जो फिल्म 3 साल हो गए, 3 साल तो पहला की गल है, फिल्म में आई सुमित जी ने सागा तो उन्होंने अप्रोच की, उदो सिमर जी है नहीं सी डायरेक्टर है नहीं कोई, तो बैठे गलबात हुई तो मैं टॉपिक मैं क्या ये बहुत अच्छा सब्जेक्ट आ, मैं एक बार स्टडी कर ला कि है कि, क्योंकि उदो स्क्रिप्ट लिखी नहीं सी हुई। नॉर्मली की होंगे कि अपने को स्क्रिप्टा लिखिया लिखा जाए, आप स्क्रिप्ट पढ़ते हैं चलने, स्क्रिप्ट है नहीं सी, कहने असं इस सब्जेक्ट से फिल्म बनानी चाहते हैं। मैं क्या जी मैं वर्कआउट करदा, फिर मैं वर्कआउट किया पूरा 2-4 महीने लंघ गए, तो मैं उन्होंने बैठिया दोबारा, मैं क्या यार बड़ी इंपॉसीबल जी गल लग रही है, बहुत महंगी फिल्म है, आपां पंजाबी च बना के इस चीज़ नूं अचीव कर सकांगे, आई डोंट नो कल नूं तुहानूं नुकसान हो जाए हो जाए। मैं दिलों चाहुंदा कि आपां इह फिल्म करिए, आपां इहनूं होल्ड कर लैंदे आ, आउण वाले सालां च बना लांगे। उह कहिंदे भाई जी देखो इहदी प्रैपरेशन तां बहुत ज़्यादा आ, आपां तैयारियां शुरू कर दिंदे आ, ठीक है तुसीं साडे नाल आ जाओ, आपां डायरैक्टर लभ लैंदे आ, आपां आह करने आ उह करने आ, जदों राइट टाइम होऊ आपां प्लैनिंग कर लाँगे। मैं कहा जी ठीक है, स्क्रिप्ट लिखण लग गए, वर्कआउट होण लग गया, राशिद जी आ गए, सिमर आ गया, सारे जने वर्कआउट करते करते स्क्रिप्ट बनी, स्क्रिप्ट इन्नी पावरफुल बन गई। मैं पढ़न लग्या तो मैं पढ़ता पढ़ता घट्टो घट 6-7 बारी रोया, इमोशनल हो गए, तो मैनू लग्या मैं क्या यार इदा की फिल्म वाकई, जदों मैं अरदास बनाई सी अज तक बहुत लोग मिलते जिहड़े कहिंदे आ अरदास साडी जिंदगी की बेस्ट फिल्म आ, तुसीं इस तो वधिया काम कदे कीता ही नहीं, मैनू जिहड़े कहिंदे आ। सो मैनू लग्या कि यार जिहड़ी इक ऑडियंस आ जां जिहड़ी इक पंजाब नाल जुड़ी ऑडियंस आ, कनेडा अमरीका च बैठी आ जिहड़े देसी पंजाबी ने, वो इदा दे रूटड फिल्म देखनी चाहूँगे, क्योंकि ये सूबेदार जोगिंदर सिंह जी की जीवनी सी, असी लिखा कि किसान जो फौज भर्ती हुंदा उहदा माहौल की हुंदा, जय जवान जय किसान तक जिहड़ा दौर है वह किवें चलता है, तो उन्हां टाइम च विआह किदां दे हुंदे सी, रौनक किवें लगदे सी, उन्हां दी परसनल नेचर की सी, परिवार की सी, जदों फौज के उत्ते उत्ते पलटन नूं कंट्रोल करदे सी तां उह किदां दे इंसान सीगे, वह सारियां जाने लाइट मूड आ इमोशन आ ये वो। फिर मैंने लग्या कि इट्स अ राइट टाइम हूँ आप करते हैं जी, फिर प्लैनिंग शुरू हो जाए नहीं करते करते, फिल्म बनी तो बहुत दुरुस्त आ, बहुत महंगी बनी फिल्म जी, पर बाबे की मेहनत अच्छ जो देखते हैं टीवी के प्रोमो प्रूमो चलते या चीज फिल्म देखी मैं पिछले हफ्ते तो बड़ा गुड फील होंगे कि यार एड्डी वड्डी फिल्म असी बनाई जी। तो जो तुम मतलब लुक च आ गए अपने सूबेदार जोगिंदर सिंह जी के, है ना, ऑफकोर्स बच्चों ने भी वह देखा होना है, तो उन्होंने फस्ट रिएक्शन की सी उस टाइम? रिएक्शन उन्हों का बहुत वधिया सी जी, क्योंकि उन्होंने मैं स्टोरी मैं अक्सर अपन फिल्मों की स्टोरी उन्होंने डिस्कस करना, तो छोटा तो साड़ा बहुत ही एक्टिव है, उन्होंने बारी बारी होंगे कि मैं दसो पहले स्टोरी सुनाओ, दोनों मैं स्टोरी सुनाई सूबेदार जोगिंदर सिंह दी, तो उन्होंने बहुत ही ज़्यादा मतलब मैंने नहीं लगता भी उन्होंने कभी जिंदगी इन्नी वेट किसी फिल्म की की, डेली मैं ये पुछते हैं कि किन्ने दिन रह गए आप फिल्म रिलीज़ होने, मैं काउंट कर करके दसदा उन्होंने इन्ने रह गए इन्ने रह गए इन्ने रह गए, ए बड़ी देर तो चलता जो हले शूटिंग चलती सी उदों तो पुछण लगे किन्ने दिन रह गए। अच्छा। मैं क्या हले तो बहुत टाइम पिया बहुत टाइम पिया करते 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 करते, सो उन्होंने स्टोरी सुनाई, उन्होंने जो एक रिएक्शन आ इंस्टेंट रिएक्शन आ बच्चों का,
ਸੋ ਉਹ ਆਉਣਾ ਬਹੁਤ ਜ਼ਰੂਰੀ ਹੁੰਦਾ ਸੋ ਹੁਣ ਤਾਂ ਦੇਖ ਕੇ ਦੱਸਣਗੇ ਕਿੱਦਾਂ ਦੀ ਫਿਲਮ ਜੀ ਨਹੀਂ ਤਾਂ ਵੀ ਉਹਨਾਂ ਨੇ ਟ੍ਰੇਲਰ ਵਗੈਰਾ ਵੀ ਵੇਖ ਲਿਆ ਹਨਾ ਤੇ ਉਸ ਦਿਨ ਦਰਸ਼ਕਾਂ ਨੂੰ ਤਾਂ ਚਲੋ ਬਹੁਤ ਪਿਆਰ ਦਿੱਤਾ ਟ੍ਰੇਲਰ ਨੂੰ ਤੇ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਉਹਨਾਂ ਵੱਲੋਂ ਇੱਕ ਕਹਿੰਦੇ ਨੇ ਨਾ ਕਿ ਇੱਕ ਹਸਬੈਂਡ ਬਹੁਤ ਜ਼ਰੂਰੀ ਹੁੰਦਾ ਇੱਕ ਹਸਬੈਂਡ ਲਈ ਵਾਈਫ ਦੀ ਐਪਰੀਸੀਏਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਤੇ ਇੱਕ ਫਾਦਰ ਲਈ ਬੱਚਿਆਂ ਦੀ ਐਪਰੀਸੀਏਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਇਹ ਜਿਹੜੀ ਫਿਲਮ ਆ ਨਾ ਇਹ ਤਾਂ ਆਲਮੋਸਟ ਸਾਰਿਆਂ ਨੂੰ ਪਸੰਦ ਮਤਲਬ ਸਬਜੈਕਟ ਉਦਾਂ ਦਾ ਮੇਰੀ ਵਾਈਫ ਮੇਰੇ ਬੱਚੇ ਉਹ ਤਾਂ ਈਗਰਲੀ ਵੇਟ ਕਰਦੇ ਜੀ ਜੀ ਔਰ ਉਹ ਮੈਨੂੰ ਕਹਿੰਦੇ ਵੀ ਬੜੀ ਛੇਤੀ ਨੇ ਉਹਨਾਂ ਦੇ ਕਈ ਫਿਲਮਾਂ ਮੇਰੀਆਂ ਨੇ ਜਿਵੇਂ ਮੇਰਾ ਵੱਡਾ ਬੇਟਾ ਉਹਨੂੰ ਮਿਰਜ਼ਾ ਬਿਲਕੁਲ ਪਸੰਦ ਨਹੀਂ ਠੀਕ ਹੈ ਜਦਕਿ ਉਹਨਾਂ ਦਾ ਫੇਵਰੇਟ ਡਾਇਰੈਕਟਰ ਬਲਜੀਤ ਸਿੰਘ ਦੇ ਹੋਈ ਹੈ ਅੱਛਾ ਠੀਕ ਹੈ ਬਲਜੀਤ ਸਿੰਘ ਦੇ ਉਹਨਾਂ ਦਾ ਬਹੁਤ ਪਿਆਰ ਹੈ ਉਹਨਾਂ ਨੂੰ ਫਿਲਮ ਨਹੀਂ ਪਸੰਦ ਹੈਗੀ ਮਿਰਜ਼ਾ ਹੈ ਨਾ ਕਹਿਣਗੇ ਬੜੀ ਬੇਕਾਰ ਫਿਲਮ ਹੈ ਅਤੇ ਮੇਰੀਆਂ ਇੱਕ ਦੋ ਫਿਲਮਾਂ ਨੇ ਉਹਨਾਂ ਨੂੰ ਮੈਨੂੰ ਉਠਾ ਦੇਣੇ ਕਹਿੰਦੇ ਆਹ ਫਿਲਮ ਨਹੀਂ ਵਧੀਆ ਆਹ ਫਿਲਮ ਨਹੀਂ ਵਧੀਆ ਪਾਪਾ ਗਾਣਾ ਨਹੀਂ ਵਧੀਆ ਮੇਰੀ ਵਾਈਫ ਤਾਂ ਇੱਕ ਮਿੰਟ 'ਚ ਕਹਿੰਦੀ ਆ ਸੋ ਇਹ ਇਸ ਫਿਲਮ ਨਾਲ ਤਾਂ ਉਹ ਸਾਰੇ ਹੀ ਬਹੁਤ ਜੁੜੇ ਹੋਏ ਨੇ ਅੱਛਾ ਸ਼ੂਟਿੰਗ 'ਤੇ ਈਵਨ ਦਰਾਸ ਉਹ ਆ ਕੇ ਗਏ ਨੋਰਮਲੀ ਕਈ ਫਿਲਮਾਂ ਦੀ ਸ਼ੂਟਿੰਗ 'ਤੇ ਉਹ ਨਹੀਂ ਆਉਂਦੇ ਪਰ ਦਰਾਸ ਉਹ ਆਏ ਉੱਥੇ ਆ ਕੇ ਉਹਨਾਂ ਨੇ ਟਾਈਮ ਸਪੈਂਡ ਕੀਤਾ ਦੇਖਿਆ ਕਿੱਦਾਂ ਸ਼ੂਟ ਹੋ ਰਹੀ ਆ ਸੋ ਹੁਣ ਉਹਨਾਂ ਨੂੰ ਜ਼ਿਆਦਾ ਐਕਸਾਈਟਮੈਂਟ ਆਏ ਏਕਮ ਜਿੰਦੇ ਨੂੰ ਤਾਂ ਬਹੁਤ ਆ ਕੇ ਪਾਪਾ ਉੱਥੇ ਐਵੇਂ ਐਕਸ਼ਨ ਕਰਦੇ ਸੀ ਜਿੱਦਣ ਕਿਤੇ ਆਏ ਸੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਮੈਂ ਗਿਰ ਗਿਆ ਸੀ ਇੱਕ ਪਹਾੜ ਤੋਂ ਮੇਰੇ ਬੈਕ ਬੁੱਕ ਛਿਲ ਗਈ ਸੀ ਕਾਫੀ ਸੱਟਾਂ ਸੁੱਟਾਂ ਲੱਗ ਗਈਆਂ ਹੈਗੀਆਂ ਅਤੇ ਉਹ ਆਏ ਫਿਰ ਉੱਥੇ ਦੇ ਉਹਨਾਂ ਨੂੰ ਐਂ ਵੀ ਅਸੀਂ ਉਹ ਚੀਜ਼ਾਂ ਦੇਖਣੀਆਂ ਉਹ ਸੀਨ ਦੇਖਣਾ ਕਿੱਥੇ ਕੀ ਹੋ ਗਿਆ ਸੀ ਅੱਛਾ ਤੇ ਇਸ ਦੇ ਨਾਲ ਹੀ ਨਾ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ ਤੇ ਅਸੀਂ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਸੁਵਿਧਾ ਜੋਗਿੰਦਰ ਸਿੰਘ ਬਾਰੇ ਤੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਲਈ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਗਿੱਪੀ ਗਰੇਵਾਲ ਜੀ ਦੇ ਨਾਲ ਗਿੱਪੀ ਗਰੇਵਾਲ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਗੀਤ ਜਿਹੜਾ ਰਿਲੀਜ਼ ਹੋਇਆ ਗੱਲ ਦਿਲ ਦੀ ਉਹ ਦਰਸ਼ਕਾਂ ਨੂੰ ਸੁਣਾ ਦਿਓ ਅੱਛਾ ਮੈਂ ਸੁਣਾਉਂਦਾ ਜੀ ਜ਼ਰੂਰ ਜੀ 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 ਮੇਰਾ ਗਲਾ ਅੱਜ ਖਰਾਬ ਹੈ ਜ਼ਰੂਰ ਦੋ ਲੈਣਾ ਸਰ ਜੀ ਜੀ ਉਹ ਗੱਲ ਦਿਲ ਦੀ ਕਹਿਣ ਤੋਂ ਡਰਦਾ ਬਾਡਰ ਤੇ ਕਿੰਜ ਤੂੰ ਲੜਦਾ ਸਾਨੂੰ ਵੀ ਦੱਸ ਦੇ ਮਿੱਤਰਾ ਚੋਰੀ ਚੋਰੀ ਕੀ ਪੜਦਾ ਚੋਰੀ ਚੋਰੀ ਕੀ ਪੜਦਾ ਉਹ ਚਿੱਠੀਆਂ ਆਉਂਦੀਆਂ ਨੇ ਬੜਾ ਤੜਪਾਉਂਦੀਆਂ ਨੇ ਸਾਨੂੰ ਚਾਹ ਜਿਹਾ ਚੜ ਜਾਂਦਾ ਸੀਨੇ ਠੰਡ ਪਾਉਂਦੀਆਂ ਨੇ ਇਹ ਸੌਂਗ ਬਹੁਤ ਜ਼ਿਆਦਾ ਵਧੀਆ ਹੈ ਈਵਨ ਜੇ ਮੈਂ ਪਰਸਨਲੀ ਗੱਲ ਕਰਾਂ ਨਾ ਤੇ ਇਹ ਸੌਂਗ ਨਾ ਤੁਹਾਨੂੰ ਇੱਕ ਇਮੋਸ਼ਨਲ ਰਾਈਡ ਉੱਤੇ ਲੈ ਜਾਂਦਾ ਇੱਕ ਆਪਣੇ ਕਹਿੰਦੇ ਨੇ ਨਾ ਇੰਡੀਆ ਕਿੱਦਾਂ ਫੌਜੀ ਲੜਦੇ ਨੇ ਕਿਵੇਂ ਉਹ ਦੂਰ ਰਹਿੰਦੇ ਨੇ ਹਨਾ ਪਰ ਇਹ ਗੀਤ ਦੇ ਬਾਰੇ ਜੇ ਪੁੱਛਾਂ ਕਿਵੇਂ ਇਸ ਗੀਤ ਨੂੰ ਬਣਾਇਆ ਗਿਆ ਕਿਵੇਂ ਗੀਤ ਲਿਖਿਆ ਗਿਆ ਇਹਨੂੰ ਬਣਾਉਣਾ ਅਤੇ ਲਿਖਣਾ ਜੀ ਇਹਨੂੰ ਬੜਾ ਔਖਾ ਸੀ ਗਾਣੇ ਨੂੰ ਕਿਉਂਕਿ ਅਸੀਂ ਜਿੱਥੇ ਬੈਠੇ ਸੀਗੇ ਉੱਥੋਂ ਅਸੀਂ ਸਾਰੇ ਰਾਈਟਰਾਂ ਨੂੰ ਫੋਨ ਕਰਦੇ ਸੀ ਕਿ ਇੱਦਾਂ ਦਾ ਗਾਣਾ ਹੈ ਕਾਫੀ ਦੇਰ ਪਹਿਲਾਂ ਦੱਸਿਆ ਹੁੰਦਾ ਸੀ ਜਦੋਂ ਸਟੋਰੀ ਲਿਖੀ ਜਾਂਦੀ ਆ ਉਦੋਂ ਹੀ ਗਾਣੇ ਬਣਨੇ ਸ਼ੁਰੂ ਹੋ ਜਾਂਦੇ ਸੋ ਸਾਰੇ ਗਾਣੇ ਚੰਗੇ ਬਣ ਰਹੇ ਸੀ ਇੱਕ ਹੀ ਗਾਣਾ ਚੰਗਾ ਨਹੀਂ ਸੀ ਬਣ ਰਿਹਾ ਸੋ ਮੈਨੂੰ ਵਾਰ ਵਾਰ ਲੱਗਦਾ ਸੀ ਨਹੀਂ ਯਾਰ ਇਹ ਰਾਈਟ ਗਾਣਾ ਨਹੀਂ ਹੈ ਰਾਈਟ ਗਾਣਾ ਨਹੀਂ ਹੈ ਸੋ ਫਿਰ ਮੈਂ ਇੱਕ ਦਿਨ ਬੈਠਾ ਆਪਣੀ ਟੀਮ ਦੇ ਨਾਲ ਉੱਥੇ ਸਾਰੇ ਆਰਟਿਸਟ ਵੀ ਬੈਠੇ ਸੀ ਕੁਲਵਿੰਦਰ ਬਿੱਲੇ ਹੋਣੀ ਜਵੰਦਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਰਾਈਟਰ ਬੜੀ ਮੁਸ਼ਕਿਲ ਨਾਲ ਲਿਖੂਗਾ ਇਸ ਗਾਣੇ ਨੂੰ ਉਹ ਕਹਿੰਦੇ ਕਿਉਂ ਮੈਂ ਕਿਹਾ ਜੀ ਆਪਾਂ ਬੈਠੇ ਹਾਂ ਇੱਥੇ ਕਿਸੇ ਬੰਦੇ ਦੀ ਕੋਈ ਬੈਕ ਸਟੋਰੀ ਹੈ ਕਿਸੇ ਦੀ ਕੋਈ ਹੈ ਇਹਨੂੰ ਸਾਰੇ ਜਣੇ ਗਾ ਰਹੇ ਹੈ ਇਹ ਕਾਮਨ ਗੀਤ ਨਹੀਂ ਹੈ ਅਲੱਗ ਅਲੱਗ ਮੂਮੈਂਟ ਵੀ ਪੇਸ਼ ਕਰਦਾ ਹੈ ਮੈਂ ਕਿਹਾ ਉਹ ਹੀ ਬੰਦਾ ਲਿਖ ਸਕਦਾ ਜਿਹਨੂੰ ਇਕੱਲੇ ਇਕੱਲੇ ਹਾਵ ਭਾਵ ਦਾ ਪਤਾ ਹੋਵੇ ਕਿੱਦਾਂ ਤੂੰ ਚੱਲਦਾ ਹੈ ਕਿੱਦਾਂ ਮੈਂ ਪ੍ਰਜੈਂਟ ਕਰਦਾ ਹੈ ਉਹ ਬੰਦਾ ਜੇ ਇੱਥੇ ਹੋਊਗਾ ਤਾਂ ਲਿਖ ਸਕਦਾ ਉਹ ਕਹਿੰਦੇ ਬਾਈ ਆਪਾਂ ਖੁਦ ਟਰਾਈ ਮਾਰਦੇ ਹਾਂ ਆਪਾਂ ਲਿਖਦੇ ਹਾਂ ਸੋ ਮੈਨੂੰ ਯਾਦ ਆ ਮੈਨੂੰ ਅੱਜ ਵੀ ਬਿੱਲਾ ਅਤੇ ਜੱਗੀ ਮੇਰੇ ਕੋਲ ਲੈ ਕੇ ਆਇਆ ਦੋ ਲਾਈਨਾਂ ਲਿਖ ਕੇ ਚਿੱਠੀਆਂ ਆਉਂਦੀਆਂ ਨੇ ਜੇ ਉਹ ਅਤੇ ਗੱਲ ਦਿਲ ਦੀ ਕਹਿਣ ਤੋਂ ਡਰਦਾ ਬਾਰਡਰ ਦੇ ਕਿੰਜ ਤੋਂ ਲੜਦਾ ਆਹ ਅਗਲੀਆਂ ਦੋ ਲਾਈਨਾਂ ਮੈਂ ਬਣਾਤੀਆਂ ਸਾਨੂੰ ਵੀ ਦੱਸ ਦੇ ਮਿੱਤਰਾ ਚੋਰੀ ਚੋਰੀ ਕੇ ਪੜਦਾ ਕਿ ਚਿੱਠੀਆਂ ਆਉਂਦੀਆਂ ਨੇ ਬਣਾਇਆ ਉਸ ਤੋਂ ਬਾਅਦ ਫਿਰ ਬਿੱਲੇ ਦਾ ਅੰਤਰਾ ਲਿਖਣ ਲੱਗ ਗਏ ਕਿਤੇ ਕਿਸੇ ਉਹ ਸਾਰਿਆਂ ਨੇ ਰਲ ਮਿਲ ਕੇ ਲਿਖਿਆ ਗੀਤ ਅਸੀਂ ਉੱਥੋਂ ਭੇਜਿਆ ਗਾ ਕੇ ਮਿਊਜ਼ਿਕ ਡਾਇਰੈਕਟਰ ਨੂੰ ਅਸੀਂ ਕਿਹਾ ਯਾਰ ਰਿਕਾਰਡ ਫੋਨ 'ਤੇ ਕੀਤਾ ਅਸੀਂ ਕਿਹਾ ਰਾਹ ਬਣਾਇਆ ਇਹਦਾ ਸਕੈਚ ਬਣਾ ਕੇ ਭੇਜ ਉਹਨੇ ਭੇਜਿਆ ਗਾਣਾ ਇੰਨਾ ਪਰਫੈਕਟ ਬਣਿਆ ਫਿਰ ਗਾਣਾ ਫਾਈਨਲ ਹੋਇਆ ਉੱਥੇ ਸ਼ੂਟ ਹੋਇਆ ਔਰ ਸ਼ੂਟ ਦੇ ਲਈ ਵੀ ਅਸੀਂ ਬਹੁਤ ਜ਼ਿਆਦਾ ਕਿਉਂਕਿ ਲੌਂਜੀ ਔਸਕਰ ਵਿਨਰ ਨੇ ਬੰਦੇ ਜਿਹੜੇ ਇਸ ਫਿਲਮ 'ਚ ਨੇ ਜਿਹੜੇ ਕੋਰੀਓਗ੍ਰਾਫਰ ਨੇ ਉਹਨਾਂ ਨੂੰ ਮੈਂ ਕਿਹਾ ਸਰ ਵੀ ਮੇਰੀ ਪਰਸਨਲ ਸੋਚ ਹੈ ਇਹ ਗਾਣੇ ਦੇ ਲਈ ਨਾ ਆਪਾਂ ਜ਼ਿਆਦਾ ਕੋਰੀਓਗ੍ਰਾਫੀ ਨਾ ਕਰੀਏ ਇਹ ਇਹਨਾਂ ਦੇ ਦਿਲ ਦੇ ਕਰੀਬ ਆ ਇਹਨਾਂ ਨੂੰ ਜੋ ਕਰਨਾ ਆਉਂਦਾ ਇਹਨੂੰ ਕਰਨ ਦਿਓ ਅਸਲੀ ਫੌਜੀ ਬਾਹਰ ਹੋਣਾ ਚਾਹੀਦਾ ਅਸਲੀ ਜਿਹੜੇ ਹਾਵ ਭਾਵ ਨੇ ਕਰੈਕਟਰ ਦੇ ਹੋਣੇ ਚਾਹੀਦੇ ਆ ਉਹਨਾਂ ਨੇ ਜੀ ਠੀਕ ਆ ਸਾਰੇ ਆਪਣੀ ਮਰਜ਼ੀ ਨਾਲ ਨੱਚ ਰਹੇ ਨੇ ਆਪਣੇ ਪੈਟਰਨ ਨਾਲ ਕਰ ਰਹੇ ਨੇ ਮੈਂ ਜਿੱਦਾਂ ਤੁਰ ਰਿਹਾ ਵਾਕ ਉਹ ਮੇਰਾ ਫਿਲਮ 'ਚ ਪੈਟਰਨ ਹੋਈ ਆ ਆਈਡੀਆ ਹੋਈ ਆ ਉਸੇ ਤਰੀਕੇ ਨਾਲ ਸ਼ੂਟ ਅੱਛਾ ਜਿਵੇਂ ਮਤਲਬ ਉਹਨਾਂ ਨੇ ਰਿਐਲਿਟੀ ਵਿੱਚ ਜੋ ਉਹਨਾਂ ਦੀ ਫੀਲਿੰਗ ਸੀ ਉਹ ਦਿਖਾਈ ਹੈ ਗਾਣੇ ਵਿੱਚ ਆਡੀਓ ਵਿੱਚ ਵੀ ਹੋਈ ਆ ਮਿਊਜ਼ੀਕਲੀ ਵੀ ਅਸੀਂ ਉਹੀ ਰੱਖਿਆ ਫੀਲ ਵੀ ਉਹੀ ਰੱਖਿਆ ਸ਼ੂਟ ਵੀ ਉਦਾਂ ਕੀਤਾ ਅੱਛਾ ਇਵਨ ਹਾਂ ਦਰਸ਼ਕਾਂ ਜਿਵੇਂ ਮੈਂ ਯੂਟਿਊਬ
कमेंट्स पढ़ते हैं ना उत्थे भी कहा गया कि एक गीत ना फिल्म बॉर्डर का जो गीत सी ना ओदा याद दिलांदा है बिल्कुल दिलांदा क्योंकि मैनू ऐ लगदा कि जे आप फौजियां दी गल करते हैं कोई भी पंजाबी फिल्म की हिंदी फिल्म की गल करते हैं इंग्लिश की तो बॉर्डर का जिक्र जरूर आता है जी जी। सो एक अच्छी अचीवमेंट सी पंजाबी हिंदी सिनेमे लिए भी एड्डी वड्डी फिल्म इन्ने वड्डे कास्ट लिए सो पंजाबी तो बड़ी मुश्किल आई औखे सौखे पूरी हुई जी। मैं पूछा कि सेट उत्ते सूबेदार जोगिंदर सिंह का किरदार निभाते वक्त गिप्पी गरेवाल कहो जैसे कि ऑफ स्क्रीन भी उही रुतबा उही रोब नाल सारा नूं बुलाना ओए जवानों आ काम करो क्योंकि जवंदा ने कहा कहिंदे कि ओ इदां ही करदे हुंदे सी मैं करदा सीगा मैं बहुत करदा सी मैनूं इदां लगदा रहिंदा सीगा कि कितने मैं नॉर्मल हो जावा कितने मैं फील चो बाहर ना हो जावा मैं तो सवेरे ही असं आते अर्ली मॉर्निंग साढ़े छे सत्त बजे असं वर्दियां पा लेंगे कई बार सानू पांच बजे या चार बजे आना पैंदा ही क्योंकि डेढ़ बजे नेरी चलन लग जाती सी फिर नेरी तो बाद असं आउटडोर शूट नहीं सी कर पाते सानू अंदर जाना पै जाता सी बंकरां च ट्रेंचां च ते मैनूं सीगा कि यार असं सवेरे आईए अर्ली मॉर्निंग करिए काम उस तो बाद सारा टाइम उत्थे स्पेंड करते ही लेट नाइट घर जाते होटलों जाते जिथे रहते ही भी जावे जाके रोटी खाके फटाफट सौ जाएंगे भी फील चो निकली है ना वर्दी च गप्पा मारनिया उवें ही आने उस वर्दी को पा लेना वापस दो तीन तीन वर्दियां सैट कर लिया धोते धाते है नहीं पानी आते नहीं उ पंद्रह पंद्रह दिन उवें चलता सी काम ते कोई बेचारा तीन दिन बाद ना रहा कोई चार दिन बाद ना रहा वर्दियां तो धोई नहीं सुनिया पंद्रह पंद्रह दिन जी। जे मैं तुहाडे गल करां कि सूबेदार जोगिंदर सिंह है कि उन्हां दी कुछ क्वालिटीज गिप्पी गरेवाल च वी ने मां नहीं मैनूं हुण इदां तां नहीं मैं कुछ दस सकदा हैगा मेजर मेजर क्योंकि जो सानूं है जिद्दां दीआं लगियां मैं लाइफ दे विच मैं जो उन्हां दा रोल प्ले कीता उह मेरे तो बहुत दूर आ मैं होर टाइप का थोड़ा होर टाइप का एक चीज़ की अटैचमेंट असं कह सकते हैं जो मैं दसी गई थी जो मैं कि वह अपनी फैमिली ना बहुत अटैचड सी जो असी फिल्म च भी प्ले किया बच्चा मैं बहुत बच्चों ना बहुत अटैच सी मैं भी हाँ सो वह मैं लगता कि हरेक ही पेरेंट्स हों मैं अपने आप में कई बार बंद लगता कि मैं बहुत हाँ है ना वो सारे ही होंगे ने सो बच्ची वाली मूवमेंट जी बहुत ज़्यादा इन्हों के भी सी असी फिल्म च दिखाई भी है जो मैं वो हंडा तो मैं उदो मैं ऐ लगता हूँ मैं खुद हाँ कि मैं मेरे नाल ही ये चीज़ा मेरे ही बच्चे ने मेरी ओ फैमिली है सो वो मैं उस फील दे नाल करता सीगा सो बाकी तो जिहड़ा उन्होंने उत्थे जो फील सी जो जज्बा सी सो मैं उन्हों बड़ा सोचता सी समझता सी कि यार बंदा इस पोजिशन दे विच इदां दी गल किवें कह सकदा ठीक है कि उन्हों सब पता लग रहा आ चीज़ा हो रही किड्डा जिकरा हो किड्डा जेरा हो ना सो तो सल्यूट है मेरा उन्हों बंदियां नूं इस किरदार नूं निभाउण तों बाद उदां मतलब तुहाडे विच कुछ चेंजेस आए बहुत चेंजेस आए जी बहुत चेंजेस आए मेरे तो मैं छोटे दिल दा वां मैं बहुत इमोशनल होना बहुत फिल्मां देखदा रोना है हसदा है सो मैनूं कोई चीज़ चंगी लगदी है मैं बड़ी छेती उहदे लई उस प्रति उदां हो जाना सो एक तो मेरे जिहड़ा सब तो वड्डा चेंज आया वह तो यह आ ये नहीं मैं कि फौजियां की फिल्म की है सो मैं जदों पूरा पढ़न लग्या उत्थे जाके फौजियां नूं मिलन लग्या पोस्टां ते मिले क्योंकि बहुत डेली मैनूं फौजी मिलती एवरीडे मैं फौजियां नूं मिलदा ही जदों मैं द्रास रहिंदा सीगा कोई ना कोई वड्डी सीनियर पोस्ट वाला जां कई नवें मुंडे सारे उत्थे आउंदे सी अपनियां डेली रूटीन दीआं गल्लां दसदे सो मैनूं हमेशा ऐ लग्गिया कि यार फौजियां बारे पढ़िया इन्नी गल्लबात आ आपां नूं पता हुंदा कि यार देश ते सरहद्दे साडे लई लड़दे ने शहीद हो जांदे ने तिरंगे च लिपट के घरे आउंदे ने फिर भी जिन्नी रिस्पैक्ट फौजियां दी आपां नूं करनी चाहीदी आ जिंदगी च परसनल लाइफ दे विच आपां क्यों नहीं करदे हैगे सानूं इह चीज़ां सिखाईआं नहीं गईआं साडे पाईआं नहीं गईआं जदों आपां अमरीका कनेडा वालिआं नूं देखदे आं एयरपोर्ट ते चार फौजी आ जाण उठ के सीटां छड्ड के सल्यूट मारन लग जांदे ने सब छड्डदे आ अपने फौजी बस च खड़ा होवे अज्ज ना कोई सीट वी नहीं दिंदा कई लोग तो बिल्कुल ही प्रायोरिटी नहीं देंगे पिंडा पुंडा च आप देखते हैं रूटीन वो फौजी गल सुनी सो मैं लगता एक रिस्पैक्ट आपां नूं अपने दिल च बनानी चाहिए आ आपां नूं ये चीज़ फील करवानी चाहिए आ भी जे वो बंदा साढ़े लिए देश के बार्डर के उत्ते लड़ रहा साढ़े लिए बैठता वो जागता तो जब वो वापस आए साढ़े को मिले सानूं मिले तो असीं उन्हूं स्पैशल फील कराइए कि तू बहुत स्पैशल बंदा है सो असी तेरी बहुत रिस्पैक्ट करते हैं साढ़े दिलों के तेरे लिए बहुत प्यार सत्कार है मैंने लगता वो चीज़ होनी चाहिए है सो ये चीज़ा का मैनू भी बाद एहसास होया असी डे बाय डे मैं जो इंटरव्यू कर रहा मैं चीज़ा बोल रहा मैं बोल नहीं रहा यही नहीं है भी मैं 6 अप्रैल तो बाद चीज़ा बंद कर दूँ सो मैं लगता है मैं रही जिंदगी तक मेरे नाल रहनी है और मैं कोशिश करूँगा जो मैं अपने लिए जो एफर्ट कर सकता होगा तो मैं करूँगा जी। मेल करा दे रब्बा तो तुम एक्टिंग करियर की शुरुआत की है ना मेल करा दे रब्बा तो लैके हूँ सूबेदार जोगिंदर सिंह अदाकारी ठीक है तुम किहड़े को बदलाव महसूस करते हो बहुत बदलाव ने जी मैनूं तां लगदा कि हमेशा सारी जिंदगी चलते रहते हैं
एज ए इंसान थोड़े बड़ा बदलाव आता, तुम बड़े लोगों मिलते हो, खब्बे सजे ऑडियंस मिलते हो, फैनस मिलते हो, उन्होंने जज्बातों की तुम्हें फीलिंग होनी शुरू होती है, तुम उन्हों की कदर करनी शुरू करते हो, एक्टिंग डे बाय डे निक्कियां निक्कियां बरीकियां सीखते हो, चीज़ा सीखते हो, तो मैं लगता कि बंदा अपनी रही जिंदगी तक ये चीज़ें सीखता रहा वा डे बाय डे। सो जो अज मैं देखा जी मैं एक्टिंग की गल करा तो मैं ऐ लगता कि जो मैं मेल करा दे रब्बा च काम करता मैं लगता मैं कुछ नहीं आता। सो मैं अज जो देखता मैं लगता कि यार हाँ वो हिसाब से मैं बहुत चंगा कर रहा, मैं अपना 100% दे रहा इस वक्त। मैं लगता कि मैं जो सूबेदार जोगिंदर सिंह किया इस तो बेस्ट नहीं कर सकता, हो सकता मैं 5 साल बाद देखा तो मैं लगे कि यार मैं क्यों नहीं कर सकता, मैं कर सकता ही मैं नहीं किया, मैं होर करना चाहिए। सो वो फर्क तो हमेशा ही चलता ही रहना। इस दे नाल ही साड़ी यूथ नू जिन्हां नू सब तो ज़्यादा जरूरत है साड़े फौजियां बारे जानन दी, अफकोर्स इदां दियां फिल्मां देखन लई, है ना, उन्हां नू तुसी कोई सुनेहा देना चाहोगे? हाँ सुनेहा बिल्कुल यही है जी कि देखो आप नो डाउट मैं कई बार अक्सर तौर पर बैठा यह गल सोचता हूं वा कि जो मैं अरदास बनाई थी तो बड़े लोगों ने मैंने ये गल कही सी कि साड़ी जिंदगी बड़ा चेंज आया, इदा आया उदा आया, ये होया वो होया। सो मैं कई बार ये सोचता हाँ कि जे असी कोई चीज़ राइट बनाने तो वो कोई चंगी चीज़ आँदी है, हो सकता जो कोई रोंग बनाते हुए तो वो रोंग चीज़ भी आँदी होगी, है ना। सो असी कोशिश करते हैं हूँ डे बाय डे, मैं आफ्टर दैट सोचने लग्या कि यार मैं सारिया चंगी चीज़ा बनावा जिदे इंजॉय करा सकता, तो लाइट मूड करा सकता, तो हंसा सकता और काफ़ी गुड मैसेज वाली चीज़ा थोड़े तक लैके आवा। सो जिते सानू साढ़े तुम नॉर्मल एंटरटेनमेंट वाली चीज़ा देखते हो उत्थे ये चीज़ों जरूर सपोर्ट करया करो क्योंकि यह जे सबजैक्ट जिंदगी दे विच किसी कलाकार नू निभाउण दे लई वंस अ वाइल मिलते हैं, है ना, कदे रेगूलर नहीं मिलते है। सो मैनू मेरी किस्मत चंगी सी कि मैनू ये सबजैक्ट मिलिया, तुसीं जरूर देखियो, मैनू लगता कि तुहाडे लई तुहाडे फ्यूचर दे लई ਇਸ ਦੇ ਵਿੱਚੋਂ ਇਸ ਫਿਲਮ ਦੇ ਵਿੱਚੋਂ ਕੱਢਣ ਲਈ ਬਹੁਤ ਹੀ ਚੀਜ਼ਾਂ ਮਿਲਣਗੀਆਂ। ਸੋ ਇਸ ਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੂੰਗੀ ਕਿ 6 ਅਪ੍ਰੈਲ ਨੂੰ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਰਿਲੀਜ਼ ਹੋ ਰਹੀ ਹੈ ਅਤੇ ਤੁਸੀਂ ਜ਼ਰੂਰ ਵੇਖਣ ਜਾਣਾ ਹੈ ਕਿ ਇੱਥੇ ਤੁਹਾਨੂੰ ਫਿਲਮ ਪਰਮਵੀਰ ਚੱਕਰ ਜੇਤੂ ਸੂਬੇਦਾਰ ਜੋਗਿੰਦਰ ਸਿੰਘ ਬਾਰੇ ਪਤਾ ਲੱਗੇਗਾ। ਸੋ ਥੈਂਕ ਯੂ ਸੋ ਮੱਚ ਗਿੱਪੀ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਅਗਲੇ ਹਫ਼ਤੇ ਅਸੀਂ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਕੁਝ ਹੋਰ ਸੈਲੀਬ੍ਰਿਟੀ ਦੇ ਨਾਲ, ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।